ਜਾਂਦੇ ਸੀ ਤੇ ਉਹ ਤੀਰਥ ਇਸ਼ਨਾਨੀਆਂ ਦੇ ਜਿਹਨ ਵਿੱਚ ਇੱਕ ਗੱਲ ਬਿਠਾ ਦਿੰਦਾ ਸੀ ਕਿ ਜਿੰਨੇ ਵੀ ਤੁਸੀਂ ਅੱਜ ਤੱਕ ਪਾਪ ਕੀਤੇ ਨੇ ਇਸ ਤੀਰਥ ਦੇ ਵਿੱਚ ਡੁੱਬੀ ਲਾ ਲਓ, ਤੁਹਾਡੇ ਸਾਰੇ ਪਾਪ ਉਤਰ ਜਾਣਗੇ। ਧਿਆਨ ਦੇਣਾ। ਤੇ ਬੰਦਾ ਪਤਾ ਕੀ ਕਰਦਾ ਸੀ, ਤੀਰਥ ਵਿੱਚ ਸਰੀਰ ਦਾ ਇਸ਼ਨਾਨ ਕਰਾਉਣਾ ਤੇ ਸੋਚ ਲੈਣਾ ਪਿਛਲੇ ਸਾਰੇ ਉਤਰ ਗਏ ਨੇ, ਹੁਣ ਅੱਗੋਂ ਨਵੇਂ ਸ਼ੁਰੂ ਕਰ ਦਈਏ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਪਿਛਲੇ ਉਤਰ ਗਏ, ਅੱਗੋਂ ਨਵੇਂ, ਕਿਹੜਾ ਔਖਾ ਕੰਮ ਹੈ, ਫਿਰ ਡੁੱਬੀ ਲਾ ਲਾਂਗੇ। ਉਹੀ ਪੰਡਿਤ ਦੀ ਸੋਚ ਅੱਜ ਗੁਰਦੁਆਰਿਆਂ ਵਿੱਚ ਆ ਕੇ ਕਥਾ ਕਰ ਰਹੀ ਹੈ। ਧਿਆਨ ਦੇਣਾ। ਉਹੀ ਪੰਡਿਤ ਦੀ ਸੋਚ ਅੱਜ ਗੁਰਦੁਆਰਿਆਂ ਵਿੱਚ ਕਥਾ ਕਰਨ ਲੱਗ ਪਈ ਤੇ ਕਹਿ ਰਹੀ ਹੈ, ਨਾਮ ਜਪਣ ਦੀ, ਬਾਣੀ ਪੜ੍ਹਨ ਦੀ ਵਾਰ ਵਾਰ ਕੀ ਲੋੜ ਹੈ ਅੰਮ੍ਰਿਤ ਵੇਲੇ ਜਾਗਣ ਦੀ। ਗਿਆਨ ਲੈ ਲਓ, ਗਿਆਨ ਸਾਰੇ ਪਾਪ ਉਤਰ ਜਾਣਗੇ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਗੱਲ ਇੱਕੋ ਹੀ ਹੈ, ਪੰਡਿਤ ਬੜਾ ਹੁਸ਼ਿਆਰ ਹੋ ਗਿਆ ਜੇ, ਹੁਣ ਬੜਾ ਤੇਜ਼ ਹੋ ਗਿਆ, ਉਹ ਫਿਲਾਸਫਰ ਬਣ ਗਿਆ ਹੁਣ, ਤੇ ਗੁਰਦੁਆਰਿਆਂ ਦੀਆਂ ਸਟੇਜਾਂ ਤੇ ਆ ਕੇ ਕਹਿ ਰਿਹਾ ਕਿ ਕੀ ਫਾਇਦਾ ਸਿਮਰਨ ਦਾ, ਨਾਮ ਜਪਣ ਦਾ, ਹਰਿਮੰਦਰ ਸਾਹਿਬ ਦੇ ਦਰਸ਼ਨਾਂ ਦਾ, ਸਰੋਵਰਾਂ ਦੇ ਇਸ਼ਨਾਨ ਦਾ ਕੀ ਲਾਭ ਹੈ। ਗਿਆਨ ਇਕੱਠਾ ਕਰੋ ਤੇ ਟੱਕਰਾਂ ਮਾਰੋ ਇੱਕ ਦੂਜੇ ਚ, ਜਿਹੜੀਆਂ ਵੱਜ ਰਹੀਆਂ ਸਾਡੀ ਕੌਮ ਦੀਆਂ। ਸਮੁੱਚੀ ਬਾਣੀ ਇਹ ਕਹਿ ਰਹੀ ਹੈ ਕਿ ਗਿਆਨ ਲਾਭਕਾਰੀ ਹੈ, ਪਰ ਉਹਨਾਂ ਵਾਸਤੇ ਜਿਹੜੇ ਵਾਹਿਗੁਰੂ ਦੇ ਧਿਆਨ ਵਿੱਚ ਜੁੜਦੇ। ਜਿਹੜਾ ਗਿਆਨ ਤੁਹਾਨੂੰ ਪਰਮਾਤਮਾ ਦੇ ਧਿਆਨ ਤੱਕ ਲੈ ਕੇ ਜਾਂਦਾ ਹੈ, ਉਹੀ ਗਿਆਨ ਤੁਹਾਡੇ ਵਾਸਤੇ ਸਾਰਥਕ ਹੈ। ਅਦਰਵਾਈਜ਼ ਜਿੰਨਾ ਵੀ ਤੁਸੀਂ ਗਿਆਨ ਇਕੱਠਾ ਕਰ